ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਭਵਾਨੀਗੜ੍ਹ ਦੇ ਨੇੜਲੇ ਪਿੰਡ ਮਾਝੀ ਵਿੱਚ ਇੱਕ ਵਿਆਹਤਾ ਦੀ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ਦੇ ਦੋਸ਼ ਲਗਾਇਆ ਸੀ ਉਹਨਾਂ ਦੀ ਲੜਕੀ ਨੂੰ ਸਹੁਰਾ ਪਰਿਵਾਰ ਨੇ ਮਾਰਿਆ ਹੈ। ਪੁਲਿਸ ਵੱਲੋਂ ਜਿੱਥੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਘਟਨਾ ਤੋਂ ਬਾਅਦ ਸਹੁਰਾ ਪਰਿਵਾਰ ਫਰਾਰ ਦੱਸਿਆ ਜਾ ਰਿਹਾ ਹੈ। ਮਾਮਲੇ ਸੰਬੰਧੀ ਮ੍ਰਿਤਕ ਦੇ ਚਾਚਾ ਰਾਜ ਕੁਮਾਰ ਵਾਸੀ ਖਰੜ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹਨਾਂ ਦੀ ਭਤੀਜੀ ਨਰਿੰਦਰ ਕੌਰ ਜਿਸਦੀ ਕਿ ਉਮਰ 24 ਸਾਲ ਦੱਸੀ ਜਾ ਰਹੀ ਹੈ ਜਿਸਦਾ ਵਿਆਹ ਤਕਰੀਬਨ ਡੇਢ ਕੁ ਸਾਲ ਪਹਿਲਾਂ ਪਿੰਡ ਮਾਝੀ ਦੇ ਸਤਗੁਰ ਸਿੰਘ ਨਾਲ ਹੋਇਆ ਸੀ ਜਿਸ ਕੋਲ 4 ਮਹੀਨੇ ਦੀ ਬੱਚੀ ਸੀ। ਬੱਚੀ ਹੋਣ ਤੋਂ ਬਾਅਦ ਨਰਿੰਦਰ ਕੌਰ ਦਾ ਸਹੁਰਾ ਪਰਿਵਾਰ ਲੜਕੇ ਦੀ ਚਾਹਨਾ ਰੱਖਦਾ ਸੀ ਜਿਸ ਲਈ ਉਹ ਉਹਨਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਰ ਕਰਨ ਲੱਗ ਪਿਆ ਅਤੇ ਦਾਜ ਦਹੇਜ ਦੀ ਮੰਗ ਵੀ ਕਰ ਰਹੇ ਸਨ। ਰਾਜ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਦੇ ਸਰਪੰਚ ਨੇ ਫੋਨ ਤੇ ਦੱਸਿਆ ਕਿ ਉਹਨਾਂ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ। ਸੂਚਨਾ ਮਿਲਦੇ ਹੀ ਜਦੋਂ ਉਹਨਾਂ ਨੇ ਪਰਿਵਾਰ ਸਮੇਤ ਪਿੰਡ ਮਾਝੀ ਵਿੱਚ ਆ ਕੇ ਦੇਖਿਆ ਤਾਂ ਨਰਿੰਦਰ ਕੌਰ ਦੀ ਲਾਸ਼ ਘਰ ਵਿੱਚ ਹੀ ਪਈ ਸੀ ਅਤੇ ਨਰਿੰਦਰ ਕੌਰ ਦੇ ਲਾਸ਼ ਉੱਪਰ ਕਈ ਨਿਸ਼ਾਨ ਵੀ ਦਿਖੇ ਜਿਸ ਨੂੰ ਦੇਖ ਕੇ ਪਤਾ ਲੱਗਦਾ ਸੀ ਕਿ ਨਰਿੰਦਰ ਕੌਰ ਦੀ ਮੌਤ ਸਧਾਰਨ ਨਹੀਂ ਹੈ ਬਲਕਿ ਉਸ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੈ। ਪਰ ਦੇਖਣਾ ਇਹ ਹੋਵੇਗਾ ਕਿ ਹੁਣ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਤੇ ਕੀ ਕਾਰਵਾਈ ਕਰਦਾ ਹੈ। ਸਹੁਰੇ ਪਰਿਵਾਰ ਨੇ ਮਤਲਬ ਕਿ ਗਲ ਘੁੱਟ ਕੇ ਮਾਰਤੀ ਜੀ ਕੁੜੀ ਕੱਲ੍ਹ ਦੀ ਮਰੀ ਹੋਈ 7 ਵਜੇ ਦੀ ਸ਼ਾਮ ਦੀ। ਅੱਜ ਸਾਨੂੰ ਸਵੇਰੇ 7 ਵਜੇ ਸਰਪੰਚ ਸਾਹਿਬ ਨੇ ਫੋਨ ਕਰਕੇ ਦੱਸਿਆ ਜੀ ਕਿ ਤੁਹਾਡੀ ਲੜਕੀ ਮਰ ਚੁੱਕੀ ਹੈ, ਤੁਸੀਂ ਆ ਕੇ ਸ਼ਾਮਲ ਹੋਈ। ਇਹਨਾਂ ਨੇ ਨਾ ਤਾਂ ਕਿਤੇ ਹੋਸਪਿਟਲ ਲੈ ਕੇ ਗਏ ਜੀ ਇਹਨੂੰ, ਨਾ ਕਿਤੇ ਲੈ ਕੇ ਗਏ ਜੀ। ਕੀ ਕਾਰਨ ਹੋ ਸਕਦਾ ਕਿਉਂ ਮਾਰਿਆ? ਕਾਰਨ ਤਾਂ ਜੀ ਬਸ ਜਿੱਦੀ ਤੇ ਕੁੜੀ ਹੋ ਗਈ ਤੀ ਛੋਟੀ ਜੀ, 4 ਮਹੀਨੇ ਦੀ ਲੜਕੀ ਹੈ ਜੀ ਇਹਦੀ, ਉਹ ਤੋਂ ਬਾਅਦ ਇਹ ਪਰੇਸ਼ਾਨੀ ਕਰਦੇ ਜਾ ਰਹੇ ਜੀ। ਲੜਕੀ ਕਰਕੇ? ਹਾਂਜੀ ਹਾਂਜੀ, ਪੈਸੇ ਪੁੱਛਣ ਨੂੰ ਤੰਗ ਕਰਦੇ ਰਹਿੰਦੇ ਤੇ ਜੀ, 5,000 10,000 ਲਿਆਉਂਦੀ ਰਹਿੰਦੀ ਤੀ ਜਦ ਵੀ ਜਾਂਦੀ ਤੀ। ਇਸ ਤੋਂ ਪਹਿਲਾਂ ਕੁਛ? ਹੁਣ 4 ਮਹੀਨੇ ਤੋਂ ਨਹੀਂ ਜੀ, 4 ਮਹੀਨੇ ਤੋਂ ਤਾਂ ਮਤਲਬ ਇਹਨਾਂ ਨੇ ਸਾਡਾ ਫੋਨ ਵੀ ਬੰਦ ਕਰਿਆ ਵਾ ਜੀ, ਸਾਡੇ ਨੰਬਰ ਸਾਰੇ ਉਹ ਕਰਤੇ, ਆਪਣਾ ਨੰਬਰ ਚੇਂਜ ਕਰ ਲਿਆ। ਜੇ ਕੋਈ ਮਤਲਬ ਕਿ ਮੋਟਰਸਾਈਕਲ ਲੈਣਾ ਹੈ ਉਹਦੇ ਵਿੱਚ ਵੀ ਸਾਡੇ ਨੰਬਰ ਦੇਣੇ ਹੈ ਜੀ, ਜ਼ਿੰਮੇਵਾਰੀਆਂ ਸਾਡੀਆਂ ਪਵਾਉਣੀਆਂ, ਕਿਸਤ ਟੁੱਟ ਗਈ ਤਾਂ ਸਾਨੂੰ ਫੋਨ ਆਉਂਦੇ ਤੇ ਜੀ। 1.5 ਸਾਲ ਹੋਇਆ ਤਾ ਜੀ ਵਿਆਹ ਨੂੰ। ਹਾਂਜੀ, 15 ਅਪ੍ਰੈਲ ਨੂੰ ਸਾਲ ਹੋਇਆ ਤਾ ਜੀ। ਪਹਿਲਾਂ ਤੰਗ ਪਰੇਸ਼ਾਨ ਕਰਦੇ ਸੀਗੇ? ਹੁਣ ਹੀ ਲੱਗੇ ਤੇ ਜੀ, ਜਦ ਤੇ ਬੇਟੀ ਹੋਈ ਹੈ। ਪਹਿਲਾਂ ਕੋਈ ਪਰੇਸ਼ਾਨ ਨਹੀਂ ਕਰਿਆ ਇਹਨਾਂ। ਕੀ ਕਹਿੰਦੇ ਜੀ? ਹਾਂ ਹੁਣ ਪੈਸੇ ਮੰਗਦੇ ਤੇ ਹਰ ਮੁੰਡਾ ਮੰਗਦੇ ਤੇ ਇਹ, ਕੋਈ ਵੀ ਉਹਨਾਂ ਨੇ ਹੁਣ ਗਲ ਕੁੜੀ ਦਾ ਘੋਟ ਕੇ ਮਾਰੀ ਹੋਈ ਹੈ, ਪਿੱਛੇ ਤੇ ਨਹੀਂ ਮਤਲਬ ਅੱਗੇ ਤੇ ਗਲ ਘੁੱਟਿਆ ਹੋਇਆ ਕੁੜੀ ਦਾ, ਗਲ ਘੁੱਟ ਕੇ ਮਾਰੀ ਹੋਈ ਹੈ ਜੀ। ਨਰਿੰਦਰ ਕੌਰ ਦੀ ਵਾਈਫ ਦੀ ਡੈਥ ਹੋਈ ਹੈ ਅਤੇ ਸਾਨੂੰ ਵੀ ਇਨਫੋਰਮੇਸ਼ਨ ਤਕਰੀਬਨ 2 ਘੰਟੇ ਪਹਿਲਾਂ ਮਿਲੀ ਹੈ ਔਰ ਕੱਲ੍ਹ ਦਾ ਵਾਕਿਆ ਦੱਸ ਰਹੇ ਨੇ ਅਤੇ ਉਹ ਅਸੀਂ ਹਰ ਪਹਿਲੂ ਤੋਂ ਇਹਨੂੰ ਇਨਕੁਆਇਰੀ ਕਰ ਰਹੇ ਹਾਂ ਅਤੇ ਅਕੋਰਡਿੰਗਲੀ ਅਸੀਂ ਜਿਵੇਂ ਬਿਆਨ ਦੇਣਗੇ ਅਤੇ ਉਹਦੇ ਤੋਂ ਕਾਰਵਾਈ ਕਰਕੇ ਪੋਸਟਮਾਰਟਮ ਕਰਾ ਕੇ ਜੋ ਵੀ ਹਾਲਾਤ ਹੋਣਗੇ ਉਹਦੇ ਅਕੋਰਡਿੰਗਲੀ ਮਤਲਬ ਕਾਰਵਾਈ ਕੀਤੀ ਜਾਏਗੀ। ਇਹਨਾਂ ਨੇ ਕਿਹਾ ਵੀ ਲੜਕੀ ਦੇ ਲੜਕੀ ਸੀ ਉਹ ਲੜਕੇ ਦੀ ਚਾਹ ਰੱਖਦੇ ਸੀ ਅਤੇ ਦਹੇਜ ਵੀ ਮੰਗਦੇ ਸੀ। ਅਸੀਂ ਮੌਕੇ 'ਤੇ ਪਹੁੰਚੇ ਹਾਂ ਹਰ ਗੱਲ ਤੋਂ, ਕਿਉਂਕਿ ਪਰਿਵਾਰ ਦੇ ਮੈਂਬਰ ਇੱਥੇ ਮੌਜੂਦ ਨਹੀਂ ਹੈਗੇ, ਸੱਜੇ ਖੱਬੇ ਹੋਏ ਨੇ, ਉਹ ਸਾਰੀ ਗੱਲ ਅਸੀਂ ਆਂਢ ਗੁਆਂਢ 'ਚੋਂ ਪਰਿਵਾਰ ਤੋਂ ਕੋਸ਼ਿਸ਼ ਕਰਦੇ ਹਾਂ ਵੈਰੀਫਾਈ ਕਰਕੇ, ਜੋ ਵੀ ਗੱਲ ਹੋਏਗੀ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।